ਬਣਦੀ ਆ ਓ ਪੁਰਾ ਯਾ ਤੇਰਾ ਮਸਲੇ ਨਹੀਂ ਹੈ ਨਾ ਪੁਰਾ ਬੈਣ ਦੀ ਭਾਣ ਨੂੰ ਹੋਏ ਤੂੰ ਮੈਨੂੰ ਲੈ ਕੇ ਰਹੋ ਭਾਜੀ ਕੀ ਹੋ ਗਿਆ ਤੇਰਾ ਮਸਲਾ ਹੀ ਮੁੱਕ ਗਿਆ ਮੇਰਾ ਮਸਲਾ ਭਾਜੀ ਹੁਣ ਮੇਰਾ ਇਹਦਾ ਮਸਲਾ ਹੀ ਯਾਰ ਮੈਂ ਤੈਨੂੰ ਵੇਖ ਭਾਈ ਜੀ ਦੋਸਤੋ ਮੈਂ ਖਾਨ ਅਲੀ ਅਤੇ ਸਾਰੇ ਦੋਸਤਾਂ ਦਾ ਵੀਰਾਂ ਦਾ ਦਿਲ ਤੋਂ ਸ਼ੁਕਰੀਆ ਕਿ ਜਿਸ ਤਰ੍ਹਾਂ ਕਿ ਕਿਰਨ ਜੱਟ ਅਤੇ ਸਮੁੰਦਰੀ ਘੋੜਾ ਅਤੇ ਕਿਰਾਏ ਦਾ ਬਦਮਾਸ਼ ਮੈਂ ਲੈ ਕੇ ਆਇਆ ਮੁਹੱਲੇ ਦੇ ਵਿੱਚੋਂ ਅਤੇ ਉਹਨੂੰ ਗੱਲ ਤਾਂ ਨਹੀਂ ਸੀ ਮੈਂ ਦੱਸੀ ਕਿ ਬਾਈ ਮੇਰੀ ਭੈਣ ਦਾ ਮਸਲਾ ਹਾਲੇ ਗੱਲ ਉਹਨੂੰ ਕੋਈ ਨਹੀਂ ਕੀਤੀ ਸੀ ਅਤੇ ਵੀਡੀਓ ਦੇ ਵਿੱਚ ਜਾ ਕੇ ਪਤਾ ਲੱਗੇਗਾ ਕਿਰਾਏ ਦੇ ਬਦਮਾਸ਼ ਨੇ ਕੀਤਾ ਕੀ ਹੈ ਐਂਡ ਤੱਕ ਵੀਡੀਓ ਨੂੰ ਦੇਖਿਆ ਜੇ ਵਾਚ ਕਰਿਆ ਜੀ ਅਤੇ ਕਿਉਂਕਿ ਹਰ ਦਫ਼ਾ ਮੈਨੂੰ ਉਹ ਡਰਾਉਂਦੇ ਧਮਕਾਉਂਦੇ ਨੇ ਮੈਂ ਕਿਹਾ ਚਲੋ ਮੈਂ ਵੀ ਥੋੜ੍ਹਾ ਜਿਹਾ ਧਮਕਾ ਲਵਾਂ ਅਤੇ ਥੋੜ੍ਹਾ ਜਿਹਾ ਡਰ ਮੈਂ ਵੀ ਪਾ ਲਵਾਂ ਅਤੇ ਵੀਡੀਓ ਬੜੀ ਮਜ਼ੇਦਾਰ ਹੈ ਅਤੇ ਵੀਡੀਓ ਨੂੰ ਐਂਡ ਤੱਕ ਵਾਚ ਕਰਿਆ ਕਰੋ ਯਾਰ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰਿਆ ਕਰੋ ਨਏ ਜਿੰਨੇ ਵੀ ਦੋਸਤ ਆ ਰਹੇ ਨੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਜਿਹੜਾ ਅਫੀਸ਼ੀਅਲ ਮੇਰਾ ਪੇਜ ਹੈ ਫੇਸਬੁੱਕ ਦਾ ਵੇਲੇ ਲੋਕ ਪ੍ਰੈਂਕਸ਼ਰ ਯਾਰ ਉੱਥੇ ਲਾਜ਼ਮਨ ਸ਼ੇਅਰ ਕਰਿਆ ਕਰੋ ਦੂਸਰਾ ਮੇਰਾ ਚੈਨਲ ਹੈ ਸਹਾਰਾ ਬਣੋ ਉਹਨੂੰ ਵੀ ਜਾ ਕੇ ਤੁਸੀਂ ਦੇਖਣਾ ਉਸ ਚੈਨਲ ਦੇ ਉੱਤੇ ਬੜੇ ਗਰੀਬਾਂ ਦੀ ਮਦਦ ਹੁੰਦੀ ਹੈ ਉਹਨੂੰ ਵੀ ਲਾਜ਼ਮਨ ਤੁਸੀਂ ਜਾ ਕੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰਨਾ ਔਰ ਵੀਡੀਓ ਨੂੰ ਸ਼ੇਅਰ ਕਰਨਾ ਕਿਰਨ ਜੱਟ ਅਤੇ ਸਮੁੰਦਰੀ ਘੋੜਾ ਇਹਨਾਂ ਨੂੰ ਪੂਰਾ ਹੱਥ 'ਚ ਲੀ ਲਿਆ ਅਤੇ ਵੀਡੀਓ ਦਾ ਮਜ਼ਾ ਲਿਆ ਕਰੋ ਅਤੇ ਕੀੜੇ ਨਾ ਕੱਢਿਆ ਕਰੋ ਜਿਵੇਂ ਮੈਂ ਅਕਸਰ ਕਹਿ ਰਿਹਾ ਕੀੜੇ ਨਾ ਕੱਢੋ ਮਜ਼ਾ ਲਵੋ ਬਸ ਜਿੰਨੇ ਕੁ ਲੋਕ ਇਸ ਟਾਈਮ ਪਰੇਸ਼ਾਨ ਹੋਏ ਨੇ ਅਤੇ ਬੜੀ ਮਜ਼ੇਦਾਰ ਵੀਡੀਓ ਐਂਡ ਤੱਕ ਵਾਚ ਕਰਨਾ ਸ਼ੇਅਰ ਜ਼ਰੂਰ ਕਰਿਆ ਪਾਕਿਸਤਾਨ ਜ਼ਿੰਦਾਬਾਦ ਅਸੀਂ ਵੇਲੇ ਲੋਕ ਅਸੀਂ ਵੇਲੇ ਲੋਕ ਅਸੀਂ ਵੇਲੇ ਲੋਕ ਵੇਲੇ ਆਇਆ ਕਰੋ ਗਰਮੀ ਸੀ ਇਸ ਲਈ ਥੋੜਾ ਸਾ ਲੇਟ ਹੋ ਗਿਆ ਗਾੜੀ ਮੈਂ ਬੈਠੀ ਸੀ ਮੈਂ ਕੌਣ ਸਾ ਕਹੀਂ ਚਲੀ ਗਈ ਸੀ ਅੱਛਾ ਮੈਡਮ ਜੀ ਮੈਡਮ ਜੀ ਵੇਖੋ ਕੱਲ ਜਿਹੜਾ ਸੀਨ ਅਸੀਂ ਕਰ ਰਹੇ ਹਾਂ ਗਾਣੇ ਦਾ ਉਹ ਨਾ ਮੁਕੰਮਲ ਨਹੀਂ ਹੋ ਸਕਿਆ ਠੀਕ ਹੈ ਤੇ ਸਰ ਹਰੀ ਗੁੱਸੇ ਨਾਲ ਟੁਰ ਗਏ ਹਨ ਵੇਖੋ ਹੁਣ ਅਸੀਂ ਇੱਕ ਸੀਨ ਕਰਨੇ ਆ ਇੱਕ ਸੀਨ ਤੋਂ ਬਾਅਦ ਦੂਸਰਾ ਸੀਨ ਨਹੀਂ ਕਰ ਰਹੇ ਤਾਂ ਫਿਰ ਬੜਾ ਮੁਸ਼ਕਿਲ ਹੋ ਜਾਏਗਾ ਫਿਲਮ ਬੜੀ ਲੇਟ ਹੋ ਜਾਣੀ ਹੈ ਜੀ ਜੀ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਮੈਂ ਸੈਲਮਾ ਇੰਡੀਆ 'ਚ ਖਰੀਦਿਆ ਹੈ ਨਾ ਅਤੇ ਉਹ ਜ਼ਾਹਰ ਹੈ ਹੁਣ ਉਹ ਬੁਕਿੰਗ ਮੇਰੀ ਉੱਥੇ ਹੋਈ ਹੈ ਕਿਉਂਕਿ ਪਾਕਿਸਤਾਨ ਵਿੱਚ ਸੈਲਮੇ ਸਾਰੇ ਬੰਦ ਹੋ ਗਏ ਨੇ ਚੱਲ ਨਹੀਂ ਰਹੇ ਅਤੇ ਇਸ ਵਜ੍ਹਾ ਤੋਂ ਮੈਨੂੰ ਇੰਡੀਆ ਸੈਲਮਾ ਮਿਲ ਗਿਆ ਅਤੇ ਇਸ ਵਜ੍ਹਾ ਤੋਂ ਉਹ ਮੈਨੂੰ ਕੋਲ ਕਹਿ ਰਹੇ ਨੇ ਪੁੱਛ ਰਹੇ ਨੇ ਕਿ ਕਦੋਂ ਤੁਹਾਡੀ ਤਿਆਰ ਹੋ ਜਾਂਦੀ ਮੈਂ ਦੱਸ ਕੇ ਪਾਕਿਸਤਾਨ ਦੇ ਸੈਲਮੇ ਨੇ ਸਾਰੇ ਬੰਦ ਕਰਾ ਦਿੱਤੇ ਨੇ ਕਿੱਡਾ ਕੋ ਬੇਗੈਰਤ ਆਦਮੀ ਹੈ ਕਿ ਪਾਕਿਸਤਾਨ ਦਾ ਹਰ ਕੰਮ ਇਹਨੇ ਬੰਦ ਕਰਾ ਦਿੱਤਾ ਅਤੇ ਇੰਡੀਆ 'ਚ ਟੁੱਟ ਗਿਆ ਹਰ ਗੱਲ ਤੂੰ ਪਾਕਿਸਤਾਨ ਦੀ ਸਾਡੇ ਨਾਲ ਕਰੀ ਇੰਡੀਆ ਦੀ ਸਾਡੇ ਨਾਲ ਗੱਲ ਨਾ ਕਰੀ ਚਲੋ ਜੀ ਸਰ ਜੀ ਮੈਂ ਨਹੀਂ ਕਰਦਾ ਗੁੱਸਾ ਨਾ ਕਰੇ ਬਈ ਆਪ ਇੱਧਰ ਕੀ ਬਾਤ ਕਰ ਦੇਖੇ ਜੀ
ਫਿਲਮਾਂ ਜਿਹੜੀਆਂ ਨੇ ਹਰ ਮੁਲਕ 'ਚ ਲੱਗਦੀਆਂ ਨੇ, ਇੱਧਰ ਉੱਧਰ ਮੁਲਕ ਹੀ ਲੱਗਦੀ, ਸਾਨੂੰ ਵੀ ਪਤਾ ਜੀ ਜੀ, ਤੂੰ ਨਵਾਂ ਸਮਝਾਉਂਦਾ ਪਿਆ, ਸਾਡੀਆਂ ਬੜੀਆਂ ਲੱਗੇ, ਸਾਨੂੰ ਇੰਡੀਆ ਦੀ ਗੱਲ ਨਾ ਸਾਡੇ ਨਾਲ ਐਡੀ ਕਰਿਆ ਲੱਗੇ, ਇੰਡੀਆ ਦੇ ਜਿੰਨੇ ਵੀ ਉੱਥੇ ਜਵਾਨ ਮੁਸਲਮਾਨ ਸਾਡੇ ਭਰਾ ਨੇ, ਸਿੱਖ ਵੀ ਸਾਡੇ ਭਰਾ ਨੇ, ਐਵੇਂ ਬਦਤਮੀਜ਼ੀ ਕਰਦਾ ਹੈ, ਚਲੇ ਚਲੇ ਉਹ ਕੋਈ ਬਾਤ ਐਸੀ ਨਹੀਂ ਕਰ ਰਹਾ, ਜਰਾ ਚੁੱਪ ਕਰੇ ਜੀ ਆਪ, ਯਾਰ ਮੈਂ ਇਹ ਜੀ ਗੱਲ ਕਰਨਾ ਹਰ ਵਾਰੀ, ਮੈਨੂੰ ਝੂਠਾ ਕਰਨੀ ਹੈ ਤੂੰ ਜੀ, ਆਪ ਬਾਤ ਤੋਂ ਮੈਨੂੰ ਸੁਣਾ ਰਹਾ ਹੈ, ਬਾਤ ਤੇਰੇ ਨਾਲ ਇਹ ਕਰ ਮੈਡਮ ਨੂੰ ਦਿੱਤੇ ਨੇ ਪਿੱਛੋਂ, ਪੈਸੋ ਕੇ ਕਿਉਂ ਬਾਤ ਕਰਤੇ ਮੁਝੇ ਆਪ ਯੇ ਬਤਾਏ, ਹਮ ਆਪਕਾ ਕਾਮ ਨਹੀਂ ਕਰ ਰਹੇ, ਬਾਰ ਬਾਰ ਪੈਸੇ ਪੈਸੇ ਫਿਰ, ਅੱਛਾ ਚਲੋ ਨਹੀਂ ਕਰਦਾ, ਫਿਰ ਆਪ ਬੋਲੋਗੇ ਮੁਝੇ ਮਾਰਤਾ ਹੈ, ਮੁਝੇ ਐਸੇ ਕਰਤਾ ਹੈ, ਮੁਝੇ ਗਾਲੀਆਂ ਨਿਕਾਲਤਾ ਹੈ, ਅੱਛਾ ਮਾਜ਼ਰਤ ਨਹੀਂ ਕਰਦਾ, ਦਿਲ ਦਾ ਮਸਲਾ ਉਹਦਾ ਹੋ ਗਿਆ, ਠੀਕ ਹੈ, ਉਹਨਾਂ ਮੈਨੂੰ ਸੀਨ ਹੁਣ ਰੋਜ਼ ਸਮਝਾ ਦੇਣੇ ਕਰਨੇ ਨੇ, ਮੈਂ ਉਹਨਾਂ ਕੋਲ ਸਿੱਖ ਕੇ ਆਈ ਜਾਣੇ ਕਰਨੇ ਨੇ ਹੋਸਪਿਟਲ ਤੋਂ, ਠੀਕ ਹੈ, ਚਲੋ ਉਹ ਤੇ ਮੇਰੀ ਮਰਜ਼ੀ, ਵੇਖੋ ਕੰਮ ਦਿਲ ਦਾ ਮਸਲਾ ਹੋ ਗਿਆ, ਡਾਕਟਰਾਂ ਨੇ ਨਾ ਉਹ ਥੋੜਾ ਜਿਹਾ ਮਸਲਾ ਦੱਸ ਛੱਡਿਆ ਕਿ ਸ਼ਾਇਦ ਇਹ ਹੁਣ ਕੰਮ ਨਾ ਕਰ ਸਕੇ, ਇਹ ਕਰੇ ਵੀ ਚੰਗਾ ਹੋ ਗਿਆ, ਬੇੜਾ ਗਰਕ ਹੋ ਜਾ, ਉਹਨੂੰ ਜ਼ਹਿਰ ਦਾ ਟੀਕਾ ਲਾ ਦੇਣ, ਵਿੱਚ ਤਿੰਨ ਵੀ ਲਾ ਦੇ, ਉਹ ਤਾਂ ਮੈਨੂੰ ਵੈਸੇ ਬੜਾ ਬੁਰਾ ਲੱਗਦਾ ਤਾਂ, ਅੱਛਾ ਹੋ ਗਿਆ ਉਹ ਚਲਾ ਗਿਆ, ਮੈਨੂੰ ਬਹੁਤ ਜ਼ਹਿਰ ਲੱਗਦਾ, ਮੇਰਾ ਤਾਂ ਬਸ ਹੁਣ ਤੈਨੂੰ, ਤੂੰ ਰਹਿ ਗਿਆ, ਉਹ ਤੇ ਟੁੱਟ ਗਿਆ, ਤੂੰ ਰਹਿ ਗਿਆ, ਮੈਂ ਤੇ ਪੈਸੇ ਦਿੱਤੇ ਨੇ ਨਾ, ਮੇਰੇ ਪੈਸੇ ਚੱਲ ਵੇਖੇ, ਫਿਰ ਪੈਸੇ ਦੀ ਨੇ ਗੱਲ ਕੀਤੀ ਹੈ, ਫਿਰ ਆਪਣੇ ਕੋਈ ਬਾਤ ਕੀ ਯਾਰ, ਵੇਖੋ ਨਾ ਮੈਂ ਉਹਦਾ ਘਰ ਗਿਰਵੀ ਰਹਾਇਆ ਤੇ ਉਹ ਪੈਸੇ ਸਾਰੇ ਇਕੱਠੇ ਕੀਤੇ, ਪੈਸੋ ਕੀ ਇਲਾਵਾ ਵੀ ਬਾਤ ਕਰੋ, ਕੋਈ ਹੋਰ ਬਾਤ ਹੈ ਕਿ ਨਹੀਂ? ਅੱਛਾ ਚਲੋ 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 ਜੀ, ਅੱਛਾ ਕੱਲ ਗਾਣਾ ਨਹੀਂ ਹੋ ਸਕਿਆ ਮੈਡਮ ਜੀ, ਕੰਪਲੀਟ ਨਹੀਂ ਹੋ, ਠੀਕ ਹੈ, ਗਾਣਾ ਮੁਕੰਮਲ ਕਰਨਾ ਹੈ ਅਸਾਂ, ਬਿਲਕੁਲ, ਤੇ ਅੱਗੋਂ ਥੋੜਾ ਜਿਹਾ ਸਟਾਰਟ ਕਰੀਏ ਅਸੀਂ ਆਪਣਾ ਕੰਮ, ਤੇ ਵੇਖੋ ਨਾ ਗੱਲ ਹੈ ਵੇ, ਤੇ ਮੇਰੀ ਭੈਣ ਟਾਈਮ ਸਿਰ ਆ ਜਾਇਆ ਕਰ, ਤੇ ਇਸ ਤਰ੍ਹਾਂ, ਅੱਛਾ ਹਾਂਜੀ, ਇਹ ਤੇਰੀ ਭੈਣ ਹੈ? ਜੀ ਜੀ, ਇਹ ਮੇਰੀ ਭੈਣ ਹੈ, ਮਸਕੀਨ ਨੂੰ ਮਾਰੀ ਜਾਂਦਾ, ਮੈਂ ਤੈਨੂੰ ਚੁੱਪ ਕਰਕੇ ਵੇਖਣ ਦਿਆ, ਬਸ ਚੁੱਪ ਕਰ ਜਾ, ਚੁੱਪ ਕਰਾ, ਕਿੰਨੀ ਦੇਰ ਤੋਂ ਚੁੱਪ ਖਲੋਤਾ ਮੈਂ ਤੇਰਾ ਵੇਖਣ ਦਿਆ, ਮਸ਼ੀਨ ਨੂੰ ਮਾਰੀ ਜਾਂਦੇ ਆ, ਇੱਕ ਮਿੰਟ ਖਲੋ ਯਾਰ, ਬਸ ਕਰ, ਤੂੰ ਵੀ ਇੱਕ ਗੱਲ ਸੁਣ ਲੈ, ਤੂੰ ਘਰੋਂ ਬਾਹਰ ਪੈਰ ਪਾਇਆ, ਮੈਂ ਤੇਰੇ ਹੱਥ ਪੈਰ ਤਰੋੜ ਕੇ ਤੈਨੂੰ ਮੰਜੀ ਤੇ ਪਾ ਦੇਣਾ, ਹਾਂਜੀ ਮੈਡਮ ਜੀ ਮੇਰੀ ਗੱਲ ਸੁਣੋ, ਇੱਕ ਮਿੰਟ ਭਾਈ ਜਾਨ ਇੱਥੇ ਬਵੋ ਤੇ ਸਹੀ, ਮੈਂ ਦੱਸਣਾ, ਓਏ ਗਲੋਬ ਭਾਈ ਜਾਨ ਕੀ ਹੋ ਗਿਆ, ਇੱਕ ਮਿੰਟ ਸਬਰ ਤੇ ਕਰਨਾ, ਮੈਂ ਵੇਖਣ ਦਿਆ ਵਾਂ, ਵੇਲੇ ਸਿਰ ਵਾਲਾ ਤੈਨੂੰ ਕੁੱਟੀ ਜਾਂਦੇ ਆ, ਮੈਨੂੰ ਨਾ ਪਤਨੀ ਵੀ ਕਹਿ ਰਹੇ, ਮੈਂ ਤੇਰੀ ਭੈਣ ਕੱਟ ਲੈ, ਓ ਮੈਂ ਭਾਈ ਜਾਨ ਮੈਂ ਪਾੜ ਦੇਣੀ ਹੈ ਤੇਰੀ, ਤੂੰ ਓ ਜਾ ਕੇ ਓ ਟਿੱਬੇ ਦਾ ਪੁੱਛ ਮੰਗੂ, ਓਏ ਮਸਲਾ ਨਹੀਂ ਹੈਗਾ, ਭੈਣ ਦੀ ਭੈਣ ਨੂੰ
ਭੈਣ ਕੁਆਲੀ ਕਰਦੇ ਹੋਣੀ ਤੇਰੀ ਇੱਕ ਮਿੰਟ ਭਾ ਇੱਕ ਮਿੰਟ ਨਹੀਂ ਮੈਂ ਤੇਰਾ ਯਾ ਕਰਨ ਦਿਆ ਕੁੱਤੇ ਦਾ ਪੁੱਤਰ ਕੁੱਤੇ ਦਾ ਪੁੱਤਰ ਮੇਰਾ ਮਸਲਾ ਭਾਜੀ ਹੁਣ ਮੇਰਾ ਹੀ ਦਾ ਮਸਲਾ ਹੀ ਯਾਰ ਮੈਂ ਤੈਨੂੰ ਭਾਜੀ ਭਾਜੀ ਮੈਂ ਸਮਝਾਉਣਾ ਇੱਕ ਮਿੰਟ ਇੱਥੇ ਬਹੁਤ ਸਹੀ ਇੱਕ ਮਿੰਟ ਤੂੰ ਗੱਲ ਨਹੀਂ ਕਰਨੀ ਤੂੰ ਬਸ ਤੇਰਾ ਮਸਲਾ ਹੀ ਮੁੱਕ ਗਿਆ ਇੱਕ ਮਿੰਟ ਮਸਲਾ ਭਾਈ ਮਸਲਾ ਤੈਨੂੰ ਮੈਂ ਕਹਿ ਦਈ ਔਰਤਾਂ ਚੁੱਪ ਕਰ ਜਾ ਤੇਰੇ ਮੈਂ ਸਬਾਨ ਖਿੱਚ ਕੇ ਤੇਰੇ ਪੈਰ ਖਲੋ ਯਾਰ ਭਾ ਭਾਈ ਖਲੋ ਕੀ ਇਹ ਚੁਰਾ ਤੇਰੀ ਜ਼ਬਾਨ ਖਿੱਚੇ ਇੱਕ ਮਿੰਟ ਆ ਚੁੱਪ ਕਰ ਇੱਕ ਮਿੰਟ ਭਾਜੀ ਬਵੋ ਤੇ ਸਹੀ ਓਏ ਇੱਕ ਮਿੰਟ ਭਰਾਵਾ ਬਾਇ ਤੇ ਸਹੀ ਮੈਂ ਗੱਲ ਕਰਾਂ ਇੱਕ ਮਿੰਟ ਖਲੋਵੋ ਤੇ ਸਹੀ ਮੈਡਮ ਜੀ ਮੈਂ ਨਾ ਭੈਣ ਦਾ ਨਾ ਰੋਲਾ ਸੀ ਤੁਸੀਂ ਭੈਣ ਹੋ ਅੱਛਾ ਮੇਰਾ ਭਰਾ ਏ ਤੇ ਇਹ ਬਦਮਾਸ਼ ਏ ਤੇਰੇ ਬਦਮਾਸ਼ ਦੀ ਭੈਣ ਦਾ ਯਾਰ ਮੇਰੀ ਗੱਲ ਕਿਉਂ ਲੁਕੇ ਰਹਿੰਦੇ ਆ ਤੈਨੂੰ ਪਤਾ ਹੀ ਨਹੀਂ ਕੌਣ ਲੈ ਕੇ ਆਇਆ ਤੂੰ ਓਏ ਭਾਈ ਮੈਂ ਤੈਨੂੰ ਫਿਲਮ ਦੇ ਸ਼ੂਟ ਆਸੇ ਲੈ ਕੇ ਆਇਆ ਸ਼ੂਟ ਦੀ ਭਾਂ ਦਾ ਉਹ ਮੇਰਾ ਸ਼ੂਟ ਹੈ ਭਾਈ ਤੈਨੂੰ ਕੀ ਬਾਤ ਓ ਭੈਣ ਦਾ ਰੋਲ ਨਹੀਂ ਓ ਯਾਰ ਓ ਭੈਣ ਤੇਰੀ ਬੱਤ ਤੇਰੀ ਭੈਣ ਨੂੰ ਓ ਯਾਰ ਕੀ ਓ ਚੱਲ ਚੱਲ ਓ ਭਾਈ ਮੈਂ ਇਹਨੂੰ ਫਿਲਮ ਦੇ ਸ਼ੂਟ ਆਸੇ ਕਿਹਾ ਸੀ ਕਿ ਭਾਈ ਤੂੰ ਬਰਦਾਸ਼ਤ ਕਰ ਮੈਨੂੰ ਕਿਹਾ ਤੂੰ ਕਿਹਾ ਮੇਰੀ ਭੈਣ ਦਾ ਮਸਲਾ ਓ ਮੈਂ ਤੇਰੀ ਭੈਣ ਦੇ ਮਸਲੇ ਆਸੇ ਓ ਮੇਰੀ ਭੈਣ ਬਣੀ ਹੈ ਫਿਲਮ ਵਿੱਚ ਓ ਫਿਲਮ ਵਿੱਚ ਮੈਨੂੰ ਕਿਹਾ ਇਹਨੇ ਤੂੰ ਓ ਫਿਲਮ ਦੇ ਵਿੱਚ ਕਿਹਾ ਯਾਰ ਕੀ ਹੋ ਗਈ ਓ ਆਖਿਆ ਮੇਰੀ ਭੈਣ ਦਾ ਮਸਲਾ ਆ ਕੰਜਰ ਜੀ ਆ ਬੰਦਾ ਤੱਲਾ ਤੱਲਾ ਓ ਯਾਰ ਓ ਨਹੀਂ ਭਾਜੀ ਨਹੀਂ ਕਾ ਓ ਯਾਰ ਓ ਇੱਕ ਮਿੰਟ ਯਾਰ ਇਹ ਮੇਰਾ ਪਸੋਲ ਗੱਡੀ ਤੋਂ ਲੈ ਦੀ ਭੈਣ ਨੂੰ ਮੈਂ ਓ ਇੱਕ ਮਿੰਟ ਭਾਜੀ ਮੇਰੀ ਗੱਲ ਸੁਣੋ ਇਹ ਬਦਮਾਸ਼ ਏ ਤੇ ਮੈਂ ਇਹਨੂੰ ਭੈਣ ਦੇ ਸੀਨ ਆਸੇ ਲੈ ਕੇ ਆਇਆ ਭੈਣ ਦੇ ਵਰ ਤੂੰ ਵੀ ਤੇ ਬਦਮਾਸ਼ ਵੀ ਮੇਰੀ ਤੇਰੀ ਮੈਂ ਭੈਣ ਨੂੰ ਓ ਯਾਰ ਚੱਲ ਓਏ 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 ਕਿਆ ਓ ਯਾਰ ਬਾਹਰ ਜਿਹੜਾ ਭਾਈ ਮਾਜ਼ਰਤ ਭਾਈ ਮੈਡਮ ਜੀ ਤੁਸੀਂ ਆਪ ਹੀ ਕਿਹਾ ਕੋਈ ਫਿਲਮ ਦੇ ਵਿੱਚ ਰੋਲ ਕੋ ਨਹੀਂ ਕੋਈ ਰੋਲ ਦੇਖੋ ਮੇਰੀ ਗੱਲ ਸੁਣੋ ਨਹੀਂ ਪਾਇਆ ਉਹਨੇ ਚਲੋ ਮੇਰੀ ਗੱਲ ਸੁਣੋ ਮੈਡਮ ਜੀ ਕਹਿੰਦੇ ਹੋ ਫਿਲਮ ਦੇ ਵਿੱਚ ਇੱਕ ਦੋ ਅਸੀਂ ਦੋਵੇਂ ਹੀ ਹਾਂ ਕੋਈ ਹੋਰ ਨਹੀਂ ਇਸ ਵਜ੍ਹਾ ਤੋਂ ਮੈਂ ਮੈਂ ਔਰ ਹੈ ਨਾ ਰੰਗੀਲਾ ਜੀ ਇਧਰ ਹੈ ਨਾ ਆਪਣੀ ਫਿਲਮ ਪੂਰੀ ਕਰ ਰਹੇ ਹੈ ਨਾ ਫਿਰ ਕਿਉਂ ਆਪਨੇ ਮੁਝੇ ਯੇ ਬਤਾਓ
ਮੈਡਮ ਜੀ ਇਸ ਵਜ੍ਹਾ ਤੋਂ ਬੁਲਾਇਆ ਸੀ ਕਿ ਵੇਖੋ ਸੀਨ ਦੇ ਵਿੱਚ ਹੋਰ ਵੀ ਲੋਕ ਹੋਣ। ਇਹ ਚੰਗੇ ਸੀਨ ਕਰਾਣ ਦੇ ਆ, ਬਤਮੀ ਪਸਤੌਲ ਵੀ ਪਾ ਕੇ ਆ ਗਿਆ। ਅੱਛੇ ਲੋਕੋ ਕੋ ਕਾਸਟ ਕਰੇ, ਇਹ ਅੱਛਾ ਲੋਗ ਹੋ, ਕੀ ਆਦਮੀ ਥਾ ਵੋ, ਮੈਨੂੰ ਇਹ ਬਤਾਓ। ਮੈਡਮ ਜੀ ਉਹਨੂੰ ਮੈਂ ਸਿਰਫ ਦੱਸਿਆ ਵੀ ਇਹ ਕਿ ਮੇਰੀ ਭੈਣ ਹੈ, ਉਹ ਕਿਸੇ ਦੇ ਨਾਲ ਸੈੱਟ ਹੈ, ਰੋਲ ਉਹਨੂੰ ਸਮਝਾਇਆ। ਕਿਹਦੇ ਨਾਲ ਸੈੱਟ ਆ, ਤੂੰ ਉਹਨੂੰ ਕਿਹਦੇ ਨਾਲ ਸੈੱਟ ਕਰਾਤਾ ਈ? ਉਹ ਨਹੀਂ ਫਿਲਮ ਦੇ ਵਿੱਚ ਭਾਈ ਜਾਨ, ਵੇਖੋ ਮਾਜਰਾ ਤੇ ਆ ਪੁੱਤਰਾ, ਤੂੰ ਹਾਈ ਚਵਲ ਆਦਮੀ ਹੈ। ਚਲੋ ਇਸ ਲਈ ਮੈਂ ਤੈਨੂੰ ਆਂਦਾ, ਇਹ ਸਾਨੂੰ ਕੋਈ ਨਾ ਕੋਈ ਹਰਕਤ ਕਰਾਏਗਾ, ਸਾਡੇ ਕੋਲ ਬੰਦਾ ਮਰਵਾਏਗਾ, ਤੈਨੂੰ ਦੱਸਦੇ। ਨਹੀਂ ਅੱਗੋਂ ਨਹੀਂ ਹੋਏਗਾ, ਕਿਸੇ ਨੂੰ ਨਹੀਂ ਪਾਵਾਂਗਾ, ਤੁਹਾਨੂੰ ਹੀ ਰੱਖਾਂਗਾ, ਤੁਹਾਡੀ ਮਿਹਰਬਾਨੀ ਹੈ, ਤੁਹਾਨੂੰ ਹੀ ਰੱਖਾਂਗਾ। ਚਲ ਐਂ ਗਾਣਾ ਕਰੇ, ਮੇਰੇ ਪਾਸ ਅਭੀ ਟਾਈਮ ਨਹੀਂ ਹੈ, ਕੱਲ ਰੱਖਾਂਗੇ ਸ਼ੂਟ। ਹਾਂਜੀ ਕੱਲ ਕਰਾਂਗੇ ਗਾਣਾ, ਜਰਾ ਮੈਂ ਨੇ ਕੱਲ ਸ਼ੂਟ ਕੇ ਲਈ ਟਾਈਮ ਕਾਰਡ ਮੇਰੇ ਪਾਸ। ਮੈਡਮ ਜੀ ਮਾਜ਼ਰਤ ਕਰ ਲਈਏ, ਮੈਂ ਅੱਗੋਂ ਕਿਸੇ ਨੂੰ ਨਹੀਂ ਰੱਖਾਂਗਾ। ਅਸੀਂ ਆਪਸੇ ਮਾਜ਼ਰਤ ਕਰਤੇ, ਮੈਨੇ ਬੋਲਿਆ ਹੈ ਅੱਜ ਨਹੀਂ ਸ਼ੂਟ ਕਰਨਾ, ਮਤਲਬ ਨਹੀਂ। ਚਲੋ ਮੈਡਮ ਜੀ ਚਲੋ, ਚਲੋ ਤਫਾ ਦੋ ਨੋ 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 ਕਰਾਂਗੇ ਸ਼ੂਟ। ਵਿਲੇ